ਸਤਿਗੁਰਾਂ ਨੇ ਭਾਈ ਗੁਰਦਾਸ ਜੀ ਕੋਲੋਂ ਰਾਮਸਰ ਵਿਖੇ ਲਿਖਾਈ। ਰੋਜ਼ ਅੰਮ੍ਰਿਤ ਵੇਲੇ ਚਲੇ ਜਾਣਾ, ਭਾਈ ਗੁਰਦਾਸ ਜੀ ਨੇ ਨਾਲ ਚਲੇ ਜਾਣਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਰਾਮਸਰ ਵਿਖੇ ਛੋਟਾ ਜਿਹਾ ਤੰਬੂ ਲਾ ਕੇ ਉਹਦੇ ਅੰਦਰ ਬੈਠ ਕੇ ਭਾਈ ਗੁਰਦਾਸ ਜੀ ਨੂੰ ਲਿਖਾਉਂਦੇ ਸੀ ਇਹ ਤੁਰਕੀ ਬਾਣੀ। ਭਾਈ ਗੁਰਦਾਸ ਜੀ ਰੋਜ਼ ਲਿਖਦੇ ਸੀ, ਸ਼ਾਮਾਂ ਪੈ ਜਾਂਦੀਆਂ ਸੀ ਅਤੇ ਵਾਪਸ ਆ ਜਾਂਦੇ ਸੀ। ਕਾਫੀ ਦਿਨ ਲੰਘ ਗਏ, ਇੱਕ ਦਿਨ ਸਤਿਗੁਰੂ ਬਾਣੀ ਲਿਖਾ ਰਹੇ ਨੇ, ਸਤਿਗੁਰੂ ਬੋਲ ਰਹੇ ਨੇ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਉਹ ਲਿਖ ਰਹੇ ਨੇ, ਅਤੇ ਅੱਜ ਸ਼ਬਦ ਦੇ ਥੱਲੇ ਕਬੀਰ ਆ ਗਿਆ। ਭਾਈ ਗੁਰਦਾਸ ਜੀ ਬਹੁਤ ਹੈਰਾਨ ਹੋਏ ਕਿ ਰੋਜ਼ ਤਾਂ ਨਾਨਕ ਆਉਂਦਾ ਸੀ, ਅੱਜ ਕਬੀਰ ਆ ਗਿਆ। ਚਲੋ ਲਿਖੀ ਗਏ, ਸ਼ਾਮਾਂ ਨੂੰ ਵਾਪਸ ਜਾ ਰਹੇ ਨੇ ਅਤੇ ਭਾਈ ਗੁਰਦਾਸ ਜੀ ਸਤਿਗੁਰਾਂ ਨੂੰ ਪੁੱਛਦੇ ਨੇ, ਸੱਚੇ ਪਾਤਸ਼ਾਹ ਇੱਕ ਸ਼ੰਕ ਆ ਗਈ ਹੈ। ਸਤਿਗੁਰੂ ਪੁੱਛਦੇ ਨੇ ਕੀ ਭਾਈ? ਕਹਿੰਦੇ ਸੱਚੇ ਪਾਤਸ਼ਾਹ, ਰੋਜ਼ ਮੈਂ ਲਿਖ ਰਿਹਾ ਕਈ ਦਿਨਾਂ ਤੋਂ, ਗੁਰਬਾਣੀ 'ਚ ਸਤਿਗੁਰਾਂ ਦਾ ਨਾਂ ਨਾਨਕ ਨਾਂ ਆਉਂਦਾ ਥੱਲੇ, ਅੱਜ ਕਬੀਰ ਆ ਗਿਆ, ਮੈਨੂੰ ਸ਼ੰਕਾ ਹੋ ਗਈ ਹੈ। ਸਤਿਗੁਰੂ ਚੁੱਪ ਰਹੇ, ਕਹਿੰਦੇ ਕੋਈ ਗੱਲ ਨਹੀਂ ਭਾਈ। ਅਗਲੇ ਦਿਨ ਫਿਰ ਸਵੇਰੇ ਜਾ ਰਹੇ ਨੇ ਲਿਖਣ, ਅਤੇ ਅੱਜ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਨੂੰ ਕਿਹਾ, ਤੁਸੀਂ ਅਜੇ ਬਾਹਰ ਬੈਠੋ ਤੰਬੂ ਦੇ, ਮੈਂ ਤੁਹਾਨੂੰ ਬੁਲਾ ਲਾਂਗਾ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਅੰਦਰ ਚਲੇ ਗਏ, ਬੈਠ ਗਏ। ਧਿਆਨ ਦੇਣਾ, ਸੁਣਨਾ ਧਿਆਨ ਨਾਲ। ਕੁਛ ਦੇਰ ਬਾਅਦ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਨੂੰ ਆਵਾਜ਼ ਮਾਰੀ, ਅੰਦਰ ਬੁਲਾ ਲਿਆ। ਅਤੇ ਭਾਈ ਗੁਰਦਾਸ ਜੀ ਕੀ ਦੇਖਦੇ ਨੇ ਕਿ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਵਿਚਕਾਰ ਬੈਠੇ ਨੇ, ਆਸ ਪਾਸ ਭਗਤ ਕਬੀਰ ਜੀ, ਫਰੀਦ ਜੀ, ਪੀਪਾ ਜੀ, ਭਗਤ ਨਾਮਦੇਵ ਜੀ ਬੈਠੇ। ਧੰਨ ਗੁਰੂ ਅਰਜਨ ਸਾਹਿਬ ਆਖ ਰਹੇ ਨੇ ਭਾਈ ਗੁਰਦਾਸ ਜੀ ਨੂੰ ਕਿ ਭਾਈ ਸਾਹਿਬ ਅੱਜ ਕਬੀਰ ਆਪ ਬੋਲੇਗਾ ਅਤੇ ਤੁਸੀਂ ਲਿਖਣਾ, ਐਸੀ ਬਾਣੀ ਹੈ। ਆਵੋ ਸਿੱਖ ਸਤਿਗੁਰ ਕੇ ਪਿਆਰ ਹੋ ਪਿਆਰ ਹੋ, ਗਾਵੋ ਸੱਚੀ ਮਾਂ। ਆਵੋ ਸਿੱਖ ਸਤਿਗੁਰ ਕੇ ਪਿਆਰ